कुछ किया यहोजा की किया जो जनता नहीं पता सिर्फ बीजेपी को पता एडे एडे कारगुजारी यहोजे काम किए ने गरीब लोगों के लिए देश के लिए और जो ये जो पंजाब है खास करके ये मतलब लोग नहीं कहते सर तुम क्यों कहते ਆਪਾਂ ਨਾ ਤਾਂ ਕਿਸੇ 'ਤੇ ਹਮਲਾ ਕਰਕੇ ਸੱਤਾ 'ਚ ਆਏ ਹਾਂ ਨਾ ਹੀ ਜਿਹੜਾ ਹੈ ਉਹ ਕਿਸੇ 'ਤੇ ਅਟੈਕ ਕਰਕੇ ਸੱਤਾ 'ਚ ਆਏ ਜਦੋਂ ਕਤਲਾਂ ਦੀ ਗਿਣਤੀ ਵੱਧਦੀ ਹੈ ਕਤਲੋ ਗਾਰਤ ਵੱਧਦੀ ਹੈ ਤਾਂ ਪਤਾ ਨਹੀਂ ਸੱਤਾ ਧਿਰ ਪਾਰਟੀ ਤੋਂ ਲੋਕ ਖੁਸ਼ ਕਿਉਂ ਹੋ ਜਾਂਦੇ ਕਿ ਸਭ ਤੋਂ ਪਹਿਲੀ ਉਪਲਬਧੀ ਹੈ ਕਰਤਾਰਪੁਰ ਦਾ ਕੋਰੀਡੋਰ ਨਵਜੋਤ ਸਿੰਘ ਸਿੱਧੂ ਕਿੱਦਾਂ ਕੀ ਹੈ ਨਵਜੋਤ ਸਿੰਘ ਸਿੱਧੂ ਜਿਹੜਾ ਉਹਨਾਂ ਨੇ ਕਰ ਸਕਦਾ ਮੇਰੇ ਕੋਲ ਦੇਸ਼ ਦੇ ਅੰਕੜੇ ਨੇ ਪੰਜਾਬ ਦੇ ਅੰਕੜੇ ਨਹੀਂ ਨਾ NRI TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਤੇ ਮੈਂ ਹਰਸ਼ਪਾਲ ਸਿੰਘ ਕੇਂਦਰ ਦੇ ਵਿੱਚ ਮੋਦੀ ਸਰਕਾਰ ਦਾ ਇੱਕ ਸਾਲ ਪੂਰਾ ਹੋ ਗਿਆ ਜਿਸ ਨੂੰ ਲੈ ਕੇ ਕਿਉਂਕਿ ਕਰੋਨਾ ਚੱਲ ਰਿਹਾ ਸੀ ਸ਼ਾਇਦ ਵੈਸਾ ਜਸ਼ਨ ਤਾਂ ਨਹੀਂ ਮਨਾ ਪਾਈ BJP ਲੇਕਿਨ ਉਹਨਾਂ ਵੱਲੋਂ ਜੋ BJP ਦੀ ਇੱਕ ਸਾਲ ਦੀ ਕਾਰਗੁਜ਼ਾਰੀ ਹੈ ਉਹਦਾ ਜਿਹੜਾ ਢਿੰਡੋਰਾ ਜਾਂ ਢੋਲ ਹੈ ਉਹ ਪੂਰੇ ਦੇਸ਼ ਦੇ ਵਿੱਚ BJP ਦੇ ਕਾਰਜਕਰਤਾ ਜਿਹੜੇ ਨੇ ਉਹ ਵਜ਼ਾ ਰਹੇ ਨੇ ਘਰ ਘਰ ਜਾ ਰਹੇ ਨੇ ਦੱਸ ਰਹੇ ਨੇ ਕਿ ਇੱਕ ਸਾਲ ਦੇ ਵਿੱਚ BJP ਨੇ ਕੀ ਕੀਤਾ ਇੱਥੇ ਦੋ ਸਵਾਲ ਖੜ੍ਹੇ ਹੁੰਦੇ ਨੇ ਕਿ ਜੇਕਰ BJP ਨੇ ਕੁਝ ਕੀਤਾ ਤਾਂ ਲੋਕਾਂ ਨੂੰ ਪਤਾ ਕਿਉਂ ਨਹੀਂ ਅਤੇ ਜੇ BJP ਨੇ ਕੁਝ ਕੀਤਾ ਹੀ ਨਹੀਂ ਤਾਂ ਇਹਨਾਂ ਲੀਡਰਾਂ ਨੂੰ ਘਰਾਂ ਘਰ ਜਾ ਕੇ ਦੱਸਣ ਦੀ ਲੋੜ ਕਿਉਂ ਪੈ ਰਹੀ ਹੈ ਕਿ ਇੱਕ ਸਾਲ ਦੇ ਵਿੱਚ ਨਰਿੰਦਰ ਮੋਦੀ ਨੇ BJP ਨੇ ਆਹ ਕੰਮ ਕੀਤਾ ਸੋ ਇਹਦੇ ਉੱਪਰ ਅਸੀਂ ਸਵਾਲ ਜਵਾਬ ਕਰਾਂਗੇ ਸਾਡੇ ਨਾਲ ਨੇ BJP ਤੋਂ ਪੰਜਾਬ ਦੇ ਉਪ ਪ੍ਰਧਾਨ ਨਰਿੰਦਰ ਪਰਮਾਰ ਜੀ ਆਪ ਜੀ ਦਾ ਸਵਾਗਤ ਹੈ ਜੀ ਇਹਨਾਂ ਦੇ ਅੱਛਾ ਜੀ ਕੀ ਕੀਤਾ ਨਰਿੰਦਰ ਮੋਦੀ ਨੇ ਜਨਤਾ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਹੈ ਲੋਕ ਨਹੀਂ ਕਹਿੰਦੇ ਕਿ ਉਹਨਾਂ ਕੁਝ ਕੀਤਾ ਅਤੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਕੁਝ ਕੀਤਾ ਇਹੋ ਜਿਹਾ ਕੀ ਕੀਤਾ ਜਿਹੜਾ ਜਨਤਾ ਨੂੰ ਨਹੀਂ ਪਤਾ ਸਿਰਫ BJP ਨੂੰ ਪਤਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਕਹਿੰਦੇ ਨੇ ਵੀ ਇਹ ਕਲਯੁੱਗ ਹੈ ਦੁਆਪਰ 'ਚ ਮੰਤਰਾਂ 'ਚ ਸ਼ਕਤੀ ਸੀਗੀ ਤ੍ਰੇਤਾ 'ਚ ਭਗਤੀ 'ਚ ਸ਼ਕਤੀ ਸੀਗੀ ਇਹ ਕਲਯੁੱਗ ਹੈ ਇਹਦੇ 'ਚ ਸੰਗਠਨ 'ਚ ਸ਼ਕਤੀ ਹੈ ਔਰ ਸੰਗਠਨ ਜਿਹੜਾ ਲੋਕਾਂ ਨਾਲ ਬਣਦਾ ਹੈ ਔਰ ਇਸ ਕਰਕੇ ਅਸੀਂ ਲੋਕਾਂ ਦੇ ਵਿੱਚ ਆ ਕੇ ਆਪਣੀ ਗੱਲ ਕਹਿ ਰਹੇ ਹਾਂ ਮੇਰਾ ਸਵਾਲ ਇਹ ਸੀ ਅਸੀਂ ਜਨਤਾ 'ਚ ਵਿਚਰਦੇ ਹਾਂ ਸਾਨੂੰ ਕਿਉਂ ਨਹੀਂ ਲੋਕ ਕਹਿੰਦੇ ਪ੍ਰੈਸ ਨੂੰ ਕਿਉਂ ਨਹੀਂ ਕਹਿੰਦੇ ਕਿ ਨਰਿੰਦਰ ਮੋਦੀ ਨੇ BJP ਨੇ ਐਡੇ ਐਡੇ ਕਾਰਗੁਜ਼ਾਰੀ ਇਹੋ ਜਿਹੇ ਕੰਮ ਕੀਤੇ ਨੇ ਗਰੀਬ ਲੋਕਾਂ ਦੇ ਲਈ ਦੇਸ਼ ਦੇ ਲਈ ਔਰ ਜੋ ਇਹ ਜੋ ਪੰਜਾਬ ਹੈ ਖਾਸ ਕਰਕੇ ਇਹਦੇ ਲਈ ਮਤਲਬ ਲੋਕ ਨਹੀਂ ਕਹਿੰਦੇ ਸਿਰਫ ਤੁਸੀਂ ਕਿਉਂ ਕਹਿੰਦੇ ਉਹੀ ਤਾਂ ਹੈਰਾਨੀ ਹੈ ਮੈਂ ਉੱਥੇ ਹੀ ਆ ਰਿਹਾ ਸੀਗਾ ਤੁਸੀਂ ਜੇ ਵਿੱਚ ਮੈਨੂੰ ਇੰਟਰਪਟ ਨਹੀਂ ਕਰੋਗੇ ਤਾਂ ਮੈਂ ਤੁਹਾਡੀ ਗੱਲ ਦਾ ਬਹੁਤ ਵਧੀਆ ਢੰਗ ਨਾਲ ਜਵਾਬ ਦੇ ਸਕਾਂਗਾ ਪਲੀਜ਼ ਮੈਨੂੰ ਆਪਣੀ ਗੱਲ ਕਹਿਣ ਦਾ ਨਮਸਕਾਰ ਮੈਨੂੰ ਆਪਣੀ ਗੱਲ ਕਹਿਣ ਦਾ ਥੋੜ੍ਹਾ ਸਮਾਂ ਦਿੱਤਾ ਜਾਏ ਅਗਰ ਆਪਾਂ ਜਨਤਾ 'ਚ ਨਹੀਂ ਹੁੰਦੇ ਅਗਰ ਜਨਤਾ ਨਹੀਂ ਕਹਿ ਰਹੀ ਹੁੰਦੀ ਤਾਂ ਜਿਹੜਾ ਮੋਦੀ ਜੀ ਪਿਛਲੀ ਵਾਰ 282 ਸੀਟਾਂ ਜਿੱਤ ਕੇ ਆਏ ਸੀਗੇ ਔਰ ਵੀਰ ਜੀ ਇਸ ਵਾਰ 303 ਸੀਟਾਂ ਜਿੱਤ ਕੇ 336 NDA ਦੀਆਂ ਸੀਟਾਂ ਜਿੱਤ ਕੇ ਆਪਾਂ ਦੁਬਾਰਾ ਸੱਤਾ 'ਚ ਆਏ ਹਾਂ ਇਸ ਕਰਕੇ ਤੁਹਾਡੀ ਗੱਲ ਇੱਥੋਂ ਗਲਤ ਸਾਬਤ ਹੋ ਜਾਂਦੀ ਹੈ ਕਿ ਲੋਕ ਜਿਹੜੇ ਹੈ ਆਪਣੇ ਵੋਟ ਦੇ ਮਾਧਿਅਮ ਨਾਲ ਕਹਿੰਦੇ ਨੇ ਤੁਹਾਨੂੰ ਹੋ ਸਕਦਾ ਆਪਣੀ ਜ਼ੁਬਾਨ ਨਾਲ ਨਾ ਕਹਿੰਦੇ ਹੋਣ ਇਹ ਹਿੰਦੁਸਤਾਨ ਦੇ ਲੋਕ ਨੇ ਇਹ ਜਿਸ ਲਈ ਆਪਣੀ ਉਂਗਲੀ ਦੱਬਦੇ ਨੇ ਉੱਥੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਲੋਕ ਕੀ ਕਹਿ ਰਹੇ ਨੇ ਔਰ 303 ਸੀਟਾਂ ਆਪਾਂ ਲੋਕ ਸਭਾ ਦੀਆਂ ਜਿੱਤੀਆਂ ਹਨ ਔਰ 336 ਸੀਟਾਂ NDA ਨੇ ਪੂਰੇ ਦੇਸ਼ 'ਚ ਜਿੱਤੀਆਂ ਨੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਇੱਕ ਚੀਜ਼ ਮੇਰੇ ਕੋਲੋਂ ਵਾਧਾ ਲੈ ਲਓ 1984 'ਚ ਕਾਂਗਰਸ 404 ਸੀਟਾਂ ਲੈ ਕੇ ਆਈ ਸੀ ਪਤਾ 1984 'ਚ ਇਲੈਕਸ਼ਨ ਹੁੰਦੇ ਨਵੰਬਰ 'ਚ 404 ਸੀਟਾਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ 1984 ਦੰਗੇ ਹੁੰਦੇ ਦਿੱਲੀ 'ਚ ਉਹਦੇ ਬਾਵਜੂਦ ਵੀ ਔਰ ਆਹ ਜੋ 303 ਸੀਟਾਂ ਆਈਆਂ ਇਸ ਤੋਂ ਪਹਿਲਾਂ ਪੁਲਵਾਮਾ ਹਮਲਾ ਹੁੰਦਾ ਫਿਰ ਆਣ ਕੇ 303 ਸੀਟਾਂ ਆਉਂਦੀਆਂ ਨੇ ਆਪਾਂ ਨਾ ਤਾਂ ਕਿਸੇ 'ਤੇ ਹਮਲਾ ਕਰਕੇ ਸੱਤਾ 'ਚ ਆਏ ਹਾਂ ਨਾ ਹੀ ਜਿਹੜਾ ਹੈ ਉਹ ਕਿਸੇ 'ਤੇ ਅਟੈਕ ਕਰਕੇ ਸੱਤਾ 'ਚ ਆਏ ਹਾਂ ਉਸ ਲਈ ਇੰਦਰਾ ਗਾਂਧੀ ਦੀ ਡੈਥ ਹੋਈ ਸੀਗੀ ਇਸ ਕਰਕੇ 404 ਸੀਟਾਂ ਜਿੱਤ ਕੇ ਉਹ ਸੱਤਾ 'ਚ ਆਏ ਸਰਦਾਰ ਸਿੱਖ ਕਤਲ ਕਰਨ ਤੋਂ ਬਾਅਦ ਇੰਨੇ ਮਤਲਬ ਕਤਲ ਹੋਏ ਸਿਆਸਤ ਕੀ ਚੀਜ਼ ਹੈ ਜਦੋਂ ਕਤਲਾਂ ਦੀ ਗਿਣਤੀ ਵੱਧਦੀ ਹੈ ਕਤਲੋ ਗਾਰਤ ਵੱਧਦੀ ਹੈ ਤਾਂ ਪਤਾ ਨਹੀਂ ਸੱਤਾ ਧਿਰ ਪਾਰਟੀ ਤੋਂ ਲੋਕ ਖੁਸ਼ ਕਿਉਂ ਹੋ ਜਾਂਦੇ ਨੇ ਉਦੋਂ ਕਿੰਨਾ ਸਿੱਖ ਮਰਿਆ ਉਹਦੇ ਬਾਅਦ 404 ਸੀਟਾਂ ਠੀਕ ਹੈ ਔਰ ਇਹਦੇ ਬਾਅਦ ਹੁਣ ਹਮਲਾ ਹੁੰਦਾ ਜਿਵੇਂ ਬਹੁਤ ਸਾਰੇ ਫੌਜੀ ਮਰਦੇ ਨੇ ਔਰ ਇਹਦੇ ਬਾਅਦ ਤੁਹਾਨੂੰ 303 ਸੀਟਾਂ ਸੋ ਇਹਦਾ ਕੀ ਆਪਸ 'ਚ ਕਨੈਕਸ਼ਨ ਕਿ ਸੰਯੋਗ ਹੈ ਕੋਈ ਨਾ ਹੀ ਆਪਣੇ ਫੌਜੀ ਮਰਵਾ ਕੇ ਸੱਤਾ 'ਚ ਆਉਣਾ ਚਾਹੁੰਦੇ ਹਾਂ ਲੇਕਿਨ ਫੌਜ ਦਾ ਕੰਮ ਹੈ ਦੇਸ਼ ਲਈ ਕੁਰਬਾਨੀ ਦੇਣਾ ਔਰ ਉਹਨਾਂ ਨੇ ਜਿਸ ਵੇਲੇ
ਪਾਕਿਸਤਾਨ ਦਾ ਫੌਜੀ ਜਿਹੜਾ ਹੈ ਬਾਰਡਰ 'ਤੇ ਹੁੰਦਾ ਸੀਗਾ, ਉਹ ਕਹਿੰਦਾ ਕਿ ਮੇਰਾ ਔਡਰ ਜਿਹੜਾ ਹੈ ਮੇਰੀ ਬੰਦੂਕ 'ਚੋਂ ਨਿਕਲਣਾ ਹੈ, ਤੇਰਾ ਔਡਰ ਦਿੱਲੀ ਤੋਂ ਆਉਣਾ ਹੈ। ਇੱਦਾਂ ਉਹਨਾਂ ਨੂੰ ਨਿਸਹਾਏ ਕਰਕੇ ਉਹਨਾਂ ਨੇ ਬਾਰਡਰ 'ਤੇ ਬਿਠਾਇਆ ਹੋਇਆ ਸੀਗਾ। ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਆਪਣੇ ਦੋ ਚਾਰ ਫੌਜੀ ਭਾਈਆਂ ਨਾਲ ਗੱਲ ਕੀਤੀ ਹੈ, ਔਰ ਇਸ ਵੇਲੇ ਜਿਹੜਾ ਸੈਨਾ ਦਾ ਮਨੋਬਲ ਹੈ ਉਹ ਬਹੁਤ ਉੱਚਾ ਹੈ। ਕਦਾ ਮੁਕਾਬਲਾ ਕਰਦੇ ਪਾਕਿਸਤਾਨ ਸਾਡੇ ਗੜੀ ਹੈ ਕਿ ਇੰਡੀਆ ਦੇ ਅੱਗੇ, ਜਿੰਨਾ ਬੀਜੇਪੀ ਨੇ ਪਾਕਿਸਤਾਨ ਪਾਕਿਸਤਾਨ ਕਰਕੇ ਪਾਕਿਸਤਾਨ ਨੂੰ ਪਾਪੂਲਰ ਕਰ ਸਿਰ ਵੱਢ ਕੇ ਤੇ ਲੈ ਜਾਂਦੇ ਸੀਗੇ ਜੀ ਸਾਡੇ, ਉਹ ਕੋਈ ਰਿਐਕਟ ਉਹਦਾ ਹੁੰਦਾ ਨਹੀਂ ਸੀਗਾ, ਕੋਈ ਬਦਲਾ ਉਹਦਾ ਹੁੰਦਾ ਨਹੀਂ ਸੀਗਾ। ਤੁਸੀਂ ਆਰਮੀ ਨਾਲ ਗੱਲ ਕਰਕੇ ਦੇਖੋ ਉਹਦਾ ਮਨੋਬਲ ਜਿਹੜਾ ਹੈ ਉਹ ਕਿੰਨਾ ਉੱਚਾ ਹੈ। ਚਾਈਨਾ ਨੂੰ ਕਿਸੇ ਨੇ ਧਮਕੀ ਨਹੀਂ ਲਾਈ, ਬੀਜੇਪੀ ਦੇ ਕਿਸੇ ਲੀਡਰ ਦੀ ਹਿੰਮਤ ਨਹੀਂ ਪਈ ਚਾਈਨਾ ਨੂੰ ਕਹਿਣ ਦੀ ਇੰਨੀ ਗੱਲ ਕਿ ਅਸੀਂ ਤੁਹਾਨੂੰ ਔਕਾਤ ਦਿਖਾਵਾਂਗੇ, ਨਾ ਕਿਸੇ ਸਪੋਕਸਮੈਨ ਨੇ ਕਿਹਾ, ਨਾ ਕਿਸੇ ਲੀਡਰ ਨੇ ਕਿਹਾ, ਉਹ ਕਿੱਥੋਂ ਤੱਕ ਅੱਗੇ ਆ ਗਏ ਪਾਕਿਸਤਾਨ ਨੂੰ? ਬਿਲਕੁਲ ਗਲਤ, ਕੋਈ ਮਾੜੇ ਬੰਦੇ ਤੇ ਤਾਂ ਕੋਈ ਅੱਗੇ ਨਹੀਂ ਆਏ ਨੇ ਬਾਰਡਰ, ਬਿਲਕੁਲ ਗਲਤ ਕਹਿ ਰਹੇ ਹੋ, ਕੋਈ ਅੱਗੇ ਨਹੀਂ ਆਏ ਨੇ। ਆਪਾਂ ਉਹਨਾਂ ਨੂੰ ਬਾਰਡਰ 'ਤੇ ਰੋਕਿਆ ਹੈ, ਔਰ ਬਾਰਡਰ 'ਤੇ ਆਹਮਣੇ ਸਾਹਮਣੇ ਫੌਜਾਂ ਖੜੀਆਂ ਨੇ। ਅਗਰ ਉਹਨਾਂ ਨੇ 5000 ਸੈਨਿਕ ਉੱਥੇ ਖੜੇ ਕੀਤੇ ਨੇ ਤਾਂ ਸਾਡੇ ਵੀ 5000 ਸੈਨਿਕ ਉੱਥੇ ਖੜੇ ਨੇ। ਸਾਨੂੰ ਕੋਈ ਰਿਟਰਨ ਨਹੀਂ ਆਇਆ, ਸਾਨੂੰ ਸਭ ਕੁਛ ਜਿਹੜਾ ਹੈ ਭਾਜਪਾ ਦੇ ਕਾਰਜਕਰਤਾ, ਸਾਨੂੰ ਸਭ ਕੁਛ ਮੋਦੀ ਜੀ ਜੋ ਕਰ ਰਹੇ ਨੇ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲੀ ਉਪਲਬਧੀ ਹੈ ਕਰਤਾਰਪੁਰ ਦਾ ਕੋਰੀਡੋਰ। ਉਹ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਜਨਤਾ ਕਹਿੰਦੀ, ਤੁਸੀਂ ਜੋ ਮਰਜ਼ੀ ਕਹੋ, ਮਤਲਬ ਇਹ ਸੈਂਟਰ ਗਵਰਨਮੈਂਟ ਦਾ ਕੰਮ ਹੈ ਜੀ, ਸੈਂਟਰ ਗਵਰਨਮੈਂਟ ਦਾ ਕੰਮ ਹੈ ਜੀ। ਨਹੀਂ ਨਵਜੋਤ ਸਿੰਘ ਸਿੱਧੂ ਕਿੱਦਾਂ, ਕੀ ਹੈ ਨਵਜੋਤ ਸਿੰਘ ਸਿੱਧੂ ਜਿਹੜਾ ਉਹਨਾਂ ਨੇ ਕਰ ਸਕਦਾ? ਨਹੀਂ ਉਹ ਕਿੱਦਾਂ ਕਰ ਸਕਦੇ ਨੇ? ਇਹ ਸੈਂਟਰ ਗਵਰਨਮੈਂਟ ਨੇ ਉੱਥੇ ਬਣਾਇਆ, ਸੈਂਟਰ ਪ੍ਰਧਾਨ ਮੰਤਰੀ ਉੱਥੇ ਗਿਆ, ਪ੍ਰਧਾਨ ਮੰਤਰੀ ਨੇ ਉਹਦਾ ਉਦਘਾਟਨ ਕੀਤਾ, ਪ੍ਰਧਾਨ ਮੰਤਰੀ ਨੇ ਉਹਦੀ ਸ਼ੁਰੂਆਤ ਕੀਤੀ ਹੈ, ਪ੍ਰਧਾਨ ਮੰਤਰੀ ਨੇ ਉਹਦਾ ਉਹਦੀ ਉਹਨੂੰ ਪੂਰਾ ਕੀਤਾ। ਮੈਂ ਪਿਛਲੇ 6 ਸਾਲ ਦੀਆਂ ਤੁਹਾਨੂੰ ਉਪਲਬਧੀਆਂ ਦੱਸਣਾ ਚਾਹੁੰਦਾ ਕਿ ਪਿਛਲੇ 6 ਸਾਲ 'ਚ 8 ਕਰੋੜ ਪਰਿਵਾਰਾਂ ਨੂੰ ਫ੍ਰੀ ਗੈਸ ਦੇ ਸਿਲੰਡਰ ਦਿੱਤੇ ਨੇ, 8 ਕਰੋੜ ਪਰਿਵਾਰਾਂ ਨੂੰ। ਅਗਰ 5 ਲੋਕਾਂ ਦਾ ਪਰਿਵਾਰ ਲਾਈਏ ਤਾਂ 40 ਕਰੋੜ ਲੋਕਾਂ ਕੋਲ ਗੈਸ ਸਿਲੰਡਰ ਨਹੀਂ ਸੀਗੇ ਆਜ਼ਾਦੀ ਦੇ 70 ਸਾਲ ਬਾਅਦ। 4 ਕਰੋੜ ਪਰਿਵਾਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਨੇ। ਅਗਰ 5 ਬੰਦਿਆਂ ਦਾ ਪਰਿਵਾਰ ਲਗਾਈਏ, 20 ਕਰੋੜ ਲੋਕਾਂ ਕੋਲ 70 ਸਾਲ ਬਾਅਦ 20 ਕਰੋੜ ਲੋਕਾਂ ਕੋਲ, ਇਸ ਦੇਸ਼ ਦੇ ਲੋਕਾਂ ਕੋਲ ਬਿਜਲੀ ਨਹੀਂ ਸੀਗੀ। 20 ਕਰੋੜ ਲੋਕਾਂ ਨੂੰ ਫ੍ਰੀ ਬਿਜਲੀ ਜਿਹੜੀ ਆ ਉਹਨਾਂ ਦੇ ਘਰਾਂ ਨੂੰ ਕਨੈਕਸ਼ਨ ਦਿੱਤੇ ਨੇ, ਉਹਨਾਂ ਦੇ ਘਰ 'ਚ ਲਾਟੂ ਬਾਲਿਆ। 1 ਬੰਦੇ ਦੇ ਘਰ ਅਗਰ ਸੱਪ ਨਿਕਲ ਆਏ ਨਾ ਤਾਂ ਉਹ ਸੱਪ ਅੰਦਰ ਸੌਂਦਾ ਅਤੇ ਬੰਦਾ ਬਾਹਰ ਸੌਂਦਾ ਜਿੱਥੇ ਬਿਜਲੀ ਨਾ ਹੋਏ। ਔਰ 20 ਕਰੋੜ ਲੋਕਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਅੱਜ ਤੱਕ? ਇਸ ਦੇਸ਼ ਦਾ ਇਕਨੋਮਿਸਟ ਪ੍ਰਾਈਮ ਮਿਨਿਸਟਰ ਰਿਹਾ ਮਨਮੋਹਨ ਸਿੰਘ, 33 ਕਰੋੜ ਲੋਕਾਂ ਦੇ ਬੈਂਕ ਅਕਾਊਂਟ ਨਹੀਂ ਸੀਗੇ, 33 ਕਰੋੜ ਲੋਕਾਂ ਦੇ ਬੈਂਕ ਅਕਾਊਂਟ ਖੋਲ੍ਹੇ ਹੈ ਔਰ ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਏ ਹੈ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਅਸੀਂ ਅਗਰ ਸੈਂਟਰ ਤੋਂ 100 ਰੁਪਇਆ ਭੇਜਦੇ ਹਾਂ ਤਾਂ ਥੱਲੇ 15 ਪੈਸੇ ਪਹੁੰਚਦੇ ਹੈ, 100 ਦਾ 100 ਰੁਪਇਆ ਥੱਲੇ ਤੱਕ ਪਹੁੰਚਿਆ ਹੈ। 33 ਕਰੋੜ ਲੋਕਾਂ ਦੇ ਬੈਂਕ ਅਕਾਊਂਟ ਨਹੀਂ ਸੀਗੇ, 20 ਕਰੋੜ ਭੈਣਾਂ ਦੇ ਖਾਤਿਆਂ 'ਚ ਸਿੱਧੇ 500-500 ਰੁਪਏ ਪਾਏ ਨੇ, ਵਿਕਲਾਂਗ ਵਿਧਵਾ ਔਰ ਜਿਹੜੇ ਹੈਂਡੀਕੈਪ ਨੇ ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਏ ਨੇ, 10 ਕਰੋੜ ਕਿਸਾਨਾਂ ਦੇ ਖਾਤਿਆਂ 'ਚ 6000 ਰੁਪਈਆ ਹਰ ਸਾਲ ਸਿੱਧਾ ਉਹਨਾਂ ਦੇ ਖਾਤਿਆਂ 'ਚ ਪਾ ਰਹੇ ਹਾਂ। ਮੈਂ ਇੱਕ ਆਪਣੇ ਗੁੱਜਰ ਭਰਾ ਨੂੰ ਇਲੈਕਸ਼ਨ 'ਚ ਫੋਨ ਕੀਤਾ, ਇੱਕ ਪੱਤਰਕਾਰ ਬਣ ਕੇ, ਮੈਂ ਕਿਹਾ ਭਾਈ ਸਾਹਿਬ ਕੀ ਖਿਆਲ ਹੈ ਵੋਟ ਕਿਹਨੂੰ ਪਾ ਰਹੇ ਹੋ ਇਸ ਵਾਰ? ਕਹਿੰਦਾ 70 ਸਾਲ ਤੋਂ ਸਾਨੂੰ ਕਿਸੇ ਨੇ ਫਿਟੇ ਮੂੰਹ ਨਹੀਂ ਕਿਹਾ, ਮੇਰੇ ਖਾਤੇ 'ਚ 4000 ਰੁਪਇਆ ਆ ਗਿਆ ਅਤੇ 2000 ਹੋਰ ਆਉਣ ਵਾਲਾ ਅਤੇ ਮੇਰਾ ਵੋਟ BJP ਨੂੰ। ਇਹ ਇੱਕ ਮੇਰੇ ਅਨਵਰ ਮਸੀਹ ਨਾਂ ਦਾ ਇੱਕ ਗੁੱਜਰ ਹੈ ਸਾਡੇ ਪਠਾਨਕੋਟ, ਉਹਦਾ ਕਹਿਣਾ ਸੀਗਾ ਮੈਨੂੰ। ਇਸ ਕਰਕੇ ਉਪਲਬਧੀਆਂ ਦੀ ਗੱਲ ਇਹਨਾਂ ਨੇ 4-5 ਕਹੀਆਂ, ਮੈਂ 1 ਘੰਟਾ ਤੱਕ ਮੋਦੀ ਜੀ ਦੀਆਂ ਉਪਲਬਧੀਆਂ 'ਤੇ ਬੋਲ ਸਕਣਾ। 70 ਸਾਲਾਂ ਤੋਂ ਧਾਰਾ 370 ਜਿਹੜੀ ਹੈ ਉਹ ਉੱਥੇ ਲੱਗੀ ਸੀਗੀ। ਮੇਰੇ ਭਾਬੀ ਜੀ ਜਿਹੜੇ ਨੇ ਉਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ, ਜਿਸਲੇ ਉਹਨਾਂ ਨੇ ਮੇਰੇ ਇੱਕ ਫੌਜੀ ਭਰਾ ਫੌਜੀ ਨਾਲ ਸ਼ਾਦੀ ਕਰ ਲਈ, ਸਾਰੇ ਅਧਿਕਾਰ ਉਹਨਾਂ ਦੇ ਖਤਮ ਹੋ ਗਏ, ਉਹਨਾਂ ਦੇ ਪਿਤਾ ਦੀ ਜਾਇਦਾਦ 'ਚ ਉਸ ਲੇਡੀ ਦਾ ਕੋਈ ਹਿੱਸਾ ਜਿਹੜਾ ਉਹ ਨਹੀਂ ਰਿਹਾ। ਉਹ ਇੱਦਾਂ ਦੇ ਕਾਨੂੰਨ ਜਿਹੜੇ ਹੈ ਉਹ ਆਪਾਂ ਨੇ ਖਤਮ ਕੀਤੇ ਨੇ, ਔਰ ਜਿਹੜਾ ਅਲੱਗਵਾਦ ਹੈ ਉੱਥੋਂ ਖਤਮ ਕੀਤਾ ਆਪਾਂ ਨੇ ਜੰਮੂ ਕਸ਼ਮੀਰ ਤੋਂ। ਆਯੁਸ਼ਮਾਨ ਭਾਰਤ ਦੇ ਤਹਿਤ 1 ਕਰੋੜ ਲੋਕਾਂ ਦੇ ਓਪਰੇਸ਼ਨ ਹੋਏ ਨੇ ਜਿਨ੍ਹਾਂ ਨੇ ਮਰ ਜਾਣਾ ਸੀਗਾ। ਕਦੀ ਮੇਰੇ ਪੱਤਰਕਾਰ ਭਾਈ ਉਹਨੂੰ ਜਾ ਕੇ ਪੁੱਛਣ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਓਪਰੇਸ਼ਨ ਹੋਏ ਨੇ, 5-5 ਲੱਖ ਰੁਪਈਆ ਇੱਕ ਓਪਰੇਸ਼ਨ 'ਤੇ ਖਰਚ ਆਉਂਦਾ। 70 ਸਾਲ ਤੱਕ ਕਿਸੇ ਨੇ ਉਹਦੇ 'ਤੇ ਕੋਈ ਵਿਚਾਰ ਨਹੀਂ ਕੀਤਾ ਉਹਨਾਂ ਪਰਿਵਾਰਾਂ ਦਾ। 1 ਕਰੋੜ ਪਰਿਵਾਰ ਹੋ ਗਿਆ ਐਸਾ ਜਿਨ੍ਹਾਂ ਦੇ ਓਪਰੇਸ਼ਨ ਹੋਏ ਨੇ। ਇਸ ਕਰਕੇ ਮੇਰੇ ਵੀਰੋ ਬਹੁਤ ਕੁਛ ਕੀਤਾ ਹੈ ਪਰ ਬਹੁਤ ਕੁਛ ਕਰਨਾ ਬਾਕੀ ਹੈ। ਮੇਰੇ ਕੋਲ ਦੇਸ਼ ਦੇ ਅੰਕੜੇ ਨੇ, ਪੰਜਾਬ ਦੇ ਅੰਕੜੇ ਨਹੀਂ ਨੇ, ਲੇਕਿਨ ਪੰਜਾਬ ਵੀ ਉਹਦੇ ਤੋਂ ਅਛੂਤਾ ਨਹੀਂ ਹੈ।
ਗੈਸ ਕਨੈਕਸ਼ਨ ਜਿਹੜੇ ਮਿਲੇ ਨੇ ਪੰਜਾਬ ਵੀ ਉਹਦੇ ਤੋਂ ਅਛੂਤਾ ਨਹੀਂ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਨਰਿੰਦਰ ਪਰਮਾਰ ਜੀ ਅਤੇ ਜਿਹੜੇ ਬੀਜੇਪੀ ਪੰਜਾਬ ਉਹਦੇ ਉਪ ਪ੍ਰਧਾਨ ਨੇ, ਸੋ ਇਹਨਾਂ ਦੇ ਮੁਤਾਬਕ ਬੀਜੇਪੀ ਸਰਕਾਰ ਵੱਲੋਂ ਬਹੁਤ ਹੀ ਐਸੇ ਜਿਹੜੇ ਕਾਰਜ ਨੇ ਆਮ ਗਰੀਬ ਜਨਤਾ ਦੇ ਲਈ, ਆਮ ਲੋਕਾਂ ਦੇ ਲਈ, ਉਹਨਾਂ ਦੇ ਇਹਨਾਂ ਨੇ ਗਿਣਤੀ ਗਣਵਾਈ ਹੈ ਵੀ ਕਿੰਨੇ ਕਿੰਨੇ ਕਰੋੜ ਕਰੋੜ ਦੇ ਹਿਸਾਬ ਦੇ ਨਾਲ ਜਨਤਾ ਨੂੰ ਸਿੱਧੇ ਤੌਰ 'ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਫਾਇਦੇ ਮਿਲੇ ਨੇ, ਇਲਾਜ ਵੀ ਹੋਏ ਨੇ, ਉਹਨਾਂ ਦੇ ਘਰਾਂ ਦੇ ਹਾਲਾਤ ਵੀ ਸੁਧਰੇ ਨੇ। ਪਰ ਅਸੀਂ ਇਸ ਵੇਲੇ ਬੈਠੇ ਪੰਜਾਬ ਦੇ ਵਿੱਚ ਹੈ, ਅਸੀਂ ਪੰਜਾਬ ਦੇ ਵਿੱਚ ਜ਼ਰੂਰ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਇਹਨਾਂ ਦੇ ਦਾਅਵੇ ਨੇ ਉਹਨਾਂ ਦਾਅਵਿਆਂ 'ਚ ਹਕੀਕਤ ਕਿੰਨੀ ਹੈ। ਪਿੰਡਾਂ ਦੇ ਵਿੱਚ ਜ਼ਰੂਰ ਜਾ ਕੇ ਗੱਲ ਨੂੰ ਵਿਚਾਰਾਂਗੇ, ਪੜਚੋਲ ਕਰਾਂਗੇ, ਸ਼ਹਿਰਾਂ 'ਚ ਵੀ ਪੜਚੋਲ ਕਰਾਂਗੇ ਕਿ ਆਖਿਰ ਸਾਡੇ ਜਿਹੜੇ ਉਪ ਪ੍ਰਧਾਨ ਜੀ ਨਰਿੰਦਰ ਪਰਮਾਰ ਜੀ ਨੇ ਜੋ ਦਾਅਵੇ ਗਣਾਏ ਨੇ ਬੀਜੇਪੀ ਦੇ, ਉਹਨਾਂ 'ਚ ਸੱਚਾਈ ਕੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਆਪ ਜੀ ਨੇ ਬੀਜੇਪੀ ਦੇ ਜੋ ਕਾਰਵਾਈ ਹੈ ਜੀ ਉਹਦੇ ਤੋਂ ਜਨਤਾ ਨੂੰ ਜਾਣੂ ਕਰਵਾਇਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।